ਰੰਪ ਸਾਹਿਬ ਮੈਕਸੀਕੋ ਵਾਲੇ ਬਾਰਡਰ ਨੂੰ ਤਾਂ ਕਹਿੰਦੇ ਸੀਗੇ ਵੀ ਭਾਈ ਇੱਥੇ ਸਾਨੂੰ ਪ੍ਰੋਬਲਮ ਆ ਤੇ ਹੁਣ ਤਾਂ ਪ੍ਰੋਬਲਮ ਇਹਨਾਂ ਨੂੰ ਲੱਗਣ ਲੱਗੀ ਕੈਨੇਡਾ ਵਾਲੇ ਬੱਸ ਉਹ ਵੀ ਤੇ ਕੈਨੇਡਾ ਵਾਲੇ ਵੀ ਕਹਿੰਦੇ ਵੀ ਪ੍ਰੋਬਲਮ ਹੈਗੀ ਹੈ ਵਾਕਈ ਗੱਲ ਸਹੀ ਆ ਬਈ ਕੈਨੇਡਾ ਵਾਲੇ ਪਾਸੋਂ ਵੀ ਬੰਦੇ ਇੱਥੇ ਆ ਕੇ ਬਥੇਰੇ ਟੂਰਿਸਟ ਤੌਰ ਤੇ ਵੀ ਕੰਮ ਕਰਦੇ ਆ ਤੇ ਕਈ ਵੈਸੇ ਵੀ ਛਾਲਾ ਮਾਰ ਮਾਰ ਕੇ ਆਈ ਜਾਂਦੇ ਜਿਹੜੀ ਬਲੱਡਸ਼ਪ ਇਸ ਵੇਲੇ ਮੌਜੂਦਾ ਹਾਲਾਤ ਹੈਗੇ ਨੇ ਜੀ ਯੂ ਐਸ ਕੈਨੇਡਾ ਬਾਰਡਰ ਦੋਵਾਂ ਕੰਟਰੀਜ਼ ਦੇ ਲਈ ਐਸਾ ਪ੍ਰੋਬਲਮ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਇੱਕ ਪਾਸੇ ਕੈਨੇਡਾ ਨੇ ਉੱਥੇ ਫੋਰਸਸ ਲਾਈਆਂ ਹੋਈਆਂ ਕਿ ਕੋਈ ਵੀ ਜਿਹੜੇ ਪਰਸਨ ਹੈਗੇ ਆ ਬਿਨਾ ਕਿਸੇ ਇੱਕ ਨੰਬਰ ਲੀਗਲ ਤਰੀਕੇ ਤੋਂ ਉਹ ਕੈਨੇਡਾ ਦੇ ਵਿੱਚ ਇੰਟਰ ਨਹੀਂ ਹੋਣੇ ਚਾਹੀਦੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਖਤਰਾ ਹੈ ਕਿ ਡੋਨਲਡ 트੍ਰੰਪ ਹੋਰੀ ਸੰ ਨੂੰ ਧੱਕੇ ਨਾਲ ਆਪਣੇ ਮੁਲਕਾਂ ਨੂੰ ਭੇਜ ਦੇਣਗੇ ਇਹੋ ਜੀ ਜਿਹੜੀ ਗੱਲਬਾਤ ਆ ਉਹ ਹੁਣ ਡੋਨਲਡ 트੍ਰੰਪ ਹੋਰਾਂ ਦੇ ਮਾਈਂਡ ਦੇ ਵਿੱਚ ਵੀ ਆ ਕਿ ਬਹੁਤ ਸਾਰੇ ਲੋਕ ਇਲੀਗਲੀ ਇੰਟਰ ਕਰ ਰਹੇ ਆ ਕੈਨੇਡਾ ਦੇ ਵਿੱਚ ਪਹੁੰਚ ਕੇ ਤੇ ਜਿਹੜਾ ਬ੍ਰਾਦਰ ਸਾਹਿਬ ਅਸਲ ਸਟੈਟਿਸਟਿਕਸ ਹੈ ਜਿਹੜਾ ਡੇਟਾ ਹੈ ਉਹਦੇ ਵਿੱਚ ਇਹ ਵੀ ਪਤਾ ਲੱਗ ਰਿਹਾ ਕਿ ਇੰਡੀਅਨਸ ਵੀ ਬਹੁਤ ਹੈਗੇ ਐ ਹੁਣ ਆਪਾਂ ਗੱਲ ਕਰਦੇ ਹਾਂ ਉਸ ਸੋਸ਼ਲ ਮੀਡੀਆ ਪੋਸਟ ਦੀ ਜਿਹਦੇ ਵਿੱਚ ਡੋਨਲਡ ਟਰੰਪ ਹੋਰਾਂ ਨੇ ਕੈਨੇਡਾ ਨੂੰ ਐਸਾ ਪ੍ਰੋਬਲਮ ਰਾਈਡੈਂਟੀਫਾਈ ਕੀਤਾ ਉਹਨਾਂ ਨੇ ਕਿਹਾ ਕਿ ਹਰ ਇੱਕ ਬੰਦਾ ਅਵੇਅਰ ਹੈ ਕਿ 1000 ਆਫ ਪੀਪਲ ਆਏ ਦਿਨ ਮੈਕਸੀਕੋ ਤੋਂ ਯੂਐਸ ਦੇ ਵਿੱਚ ਐਂਟਰੀ ਲੈਂਦੇ ਐ ਪਰ ਕੈਨੇਡਾ ਵੀ ਬਰਾਬਰ ਹੈ ਲੋਕ ਜਿਹੜੇ ਕਿ ਬਹੁਤ ਸਾਰਾ ਕਰਾਈਮ ਲੈ ਕੇ ਆਉਂਦੇ ਆ ਡਰੱਗ ਲੈ ਕੇ ਆਉਂਦੇ ਆ ਉਹ ਕੈਨੇਡਾ ਵੱਲੇ ਪਾਸਿਓਂ ਵੀ ਅ ਇੰਟਰ ਕਰ ਰਹੇ ਆਪਾਂ ਕੱਲ ਵੀ ਗੱਲ ਕੀਤੀ ਸੀ ਇਹ ਗੱਲਬਾਤ ਇਹਨਾਂ ਨੇ ਉਸ ਵਿਸ਼ੇ ਦੇ ਵਿੱਚ ਵੀ ਕਹੀ ਸੀ ਜਿੱਥੇ ਇਹਨਾਂ ਨੇ ਕਿਹਾ ਕਿ ਹੁਣ ਮੈਂ ਟੈਕਸ ਲਾਉਂਗਾ ਹਰ ਇੱਕ ਉਸ ਮੁਲਕ ਤੇ ਜਿੱਥੋਂ ਲੋਕ ਇਲੀਗਲ ਤਰੀਕੇ ਨਾਲ ਆਉਂਦੇ ਆ ਤੇ ਡਰੱਗਸ ਕੈਰੀ ਕਰਦੇ ਆ ਇਹ ਪਤਾ ਲੱਗਿਆ ਕਿ ਰੀਸੈਂਟਲੀ 23000 ਤੋਂ ਵੱਧ ਅਰੈਸਟ ਹੋਈਆਂ ਨੇ ਨਦਰਨ ਬਾਰਡਰ ਤੋਂ ਜਿਹੜਾ ਬ੍ਰਾਡਸਾਪ ਯੂ ਐਸ ਕੈਨੇਡਾ ਦਾ ਬਾਰਡਰ ਹੈਗਾ ਇਹ ਜਿਹੜਾ ਨੰਬਰ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ 2022 ਦੇ ਵਿੱਚ ਟੋਟਲ ਬੰਦੇ ਜਿਹੜੇ ਇਸ ਬਾਰਡਰ ਤੇ ਫੜੇ ਗਏ ਸੀਗੇ ਉਹ ਸਿਰਫ 2000 ਸੀਗੇ ਤੇ ਹੁਣ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਇਹ ਗਿਣਤੀ ਹੈ ਜਿਹੜੀ ਉਹ 20000 ਪਲੱਸ ਹੈਗੀ ਹੈ ਇਹ ਦੇ ਵਿੱਚ ਇਹ ਪਤਾ ਲੱਗਿਆ ਕਿ ਜਿਹੜੀਆਂ ਸਭ ਤੋਂ ਵੱਧ ਅਰੈਸਟ ਹੈਗੀਆਂ ਨੇ ਇਸ ਵੈਂਟਨ ਸੈਕਟਰ ਆ ਜਿਹੜਾ ਨੀਅਰ ਕਿਊਬਿਕ ਐਂਡ ਵੈਰਮਾਟ ਉੱਥੋਂ ਸਭ ਤੋਂ ਵੱਧ ਅਰੈਸਟ ਹੁੰਦੀਆਂ ਨੇ ਹੈਡ ਆਫ ਬਾਰਡਰ ਪੈਟਰੋਲ ਨੇ ਇਹ ਵੀ ਦੱਸਿਆ ਕਿ ਰੀਸੈਂਟਲੀ ਬਿਲਕੁਲ ਕੁਝ ਮਹੀਨਿਆਂ ਦੇ ਵਿੱਚ 19222 ਜਿਹੜੇ ਲੋਕ ਫੜੇ ਗਏ ਐ ਇਹ ਵੱਖ-ਵੱਖ ਦੇਸ਼ਾਂ ਤੋਂ ਆਏ ਐ ਇਹ ਨਹੀਂ ਕਿ 2-4 ਮੁਲਕਾਂ ਤੋਂ ਆਏ ਐ ਇਹਨਾਂ ਦਾ origin ਅਲੱਗ-ਅਲੱਗ 97 ਕੰਟਰੀਜ਼ ਤੋਂ ਬੰਦਾ ਐ ਇਹਦਾ ਮਤਲਬ ਇਹ ਐ ਕਿ ਜਿਹੜੇ ਲੋਕ ਪਹਿਲਾਂ ਮੈਕਸੀਕੋ ਥਰੂ ਆਉਂਦੇ ਸੀਗੇ ਉਹਨਾਂ ਨੂੰ ਏਜੰਟਸ ਹੁਣ ਕੈਨੇਡਾ ਸਿਸਟ ਕਰਦੇ ਐ 97 ਦੇਸ਼ਾਂ ਨੇ 97 ਦੇਸ਼ਾਂ ਦੇ ਏਜੰਟਸ ਨੇ ਪਹਿਲਾਂ ਇਹ ਸਿਲੈਕਟ ਕੀਤਾ ਹੋਣਾ ਕਿ ਤੁਸੀਂ ਭਾਈ ਕੈਨੇਡਾ ਜਾਓ ਟੂਰਿਸਟ ਬਣ ਕੇ ਕੈਨੇਡਾ ਜਾਓ ਤੇ ਫਿਰ ਉਸ ਤੋਂ ਗਾਂ ਉਹਨਾਂ ਨੂੰ ਇਧਰ ਨੂੰ ਯੂਐਸ ਨੂੰ ਕੱਢ ਦਿੱਤਾ ਗਿਆ। ਉਹ ਕਹਿੰਦੇ ਕਿ ਇਹ ਜਿਹੜਾ ਟੋਟਲ ਪਿਛਲੇ 17 ਸਾਲ ਦਾ ਇੱਕ ਨੰਬਰ ਬੰਦਾ ਸੀ ਨਾ 2022 ਤੱਕ 17 ਸਾਲ ਦੇ ਵਿੱਚ ਜਿਹੜੀਆਂ ਟੋਟਲ ਅਰੈਸਟ ਹੋਈਆਂ ਸੀਗੀਆਂ ਉਹਦਾ ਰਿਕਾਰਡ ਇਹ ਕੁਝ ਮਹੀਨਿਆਂ ਨਹੀਂ ਤੋੜ ਦਿੱਤਾ ਜੀ। ਜੀ ਬ੍ਰਾਡਸਪੋਕ। ਦੇਖੋ ਜੀ ਰਿਕਾਰਡ ਤਾਂ ਤੋੜਤਾ ਕੈਨੇਡਾ ਵਾਲੇ ਪਾਸੋਂ ਇਧਰ ਆਉਣ ਦਾ ਤੇ ਕਈ ਬੰਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਉਹ ਕਹਿੰਦੇ ਅਸੀਂ ਇੱਥੇ ਆ ਗਏ ਹੁਣ 6 ਕੁ ਮਹੀਨੇ ਲਾਵਾਂਗੇ 6 ਕੁ ਮਹੀਨੇ ਬਾਅਦ ਫੇਰ ਆ ਜਾਾਂਗੇ ਫੇਰ ਕੰਮ ਕਮ ਕਰ ਜਾਾਂਗੇ। ਦੇ ਜਨ ਪਰ ਅਸਾਈਲਮ ਲਾ ਦਾਂਗੇ ਉਹਨੂੰ ਮੈਂ ਇਹਨਾਂ ਨੂੰ ਕਈ ਵਾਰੀ ਕਹਿਣਾ ਵੀ ਭਾਈ ਕੈਨੇਡਾ ਦੇ ਵਿੱਚ ਇੱਥੇ ਜਦੋਂ ਅਸਾਈਲਮ ਲਾਉਣੇ ਆ ਤਾਂ ਫਿਰ ਤੁਹਾਡਾ ਕੰਮ ਨਹੀਂ ਬਣ ਸਕਦਾ ਕੋਈ ਟ੍ਰੀਟੀ ਸਾਈਨ ਹੋਈ ਆ ਫਿਰ ਫਿਰ ਨਹੀਂ ਮੰਨਦੇ ਹੈਗੇ ਇਹ ਕਹਾਣੀ ਵਾਕਈ ਸੂਤ ਆਜੂਗੀ ਕਿ ਨਹੀਂ ਹੁੰਦੀ ਬਲੱਟਸ ਅਬ ਯੂਐਸ ਤੇ ਕੈਨੇਡਾ ਦੇ ਵਿੱਚ ਇੱਕ ਪੈਕਟ ਸਾਈਨ ਹੋਇਆ ਸੀਗਾ ਸਨ 2002 ਦੇ ਵਿੱਚ ਜਿਹਦੇ ਵਿੱਚ ਇਹ ਕਲੋਜ਼ ਸੀਗੇ ਕਿ ਜਿਹੜੇ ਮਾਈਗ੍ਰੈਂਟ ਆ ਜਿਹੜੇ ਅਸਾਈਲਮ ਚਾਹੁੰਦੇ ਆ ਇਸ ਜਿਹੜਾ ਪੈਕਟ ਸੀਗਾ ਜੀ ਇਹਨੂੰ ਬਾਅਦ ਵਿੱਚ ਬਦਲ ਕੇ 2023 ਦੇ ਵਿੱਚ ਨਾਮ ਦੇ ਦਿੱਤਾ ਗਿਆ ਸੇਫ ਥਰਡ ਕੰਟਰੀ ਐਗਰੀਮੈਂਟ ਜਿਹਦੇ ਵਿੱਚ ਬੜੀ ਕਲੀਅਰ ਗੱਲ ਸੀ ਕਿ ਇਹ ਇੱਕ ਦੋ ਮੁਲਕ ਇਹ ਆ ਤੇ ਮੈਨੂੰ ਲੱਗਦਾ ਜੀ ਇੱਕ ਦੋ ਯੂਰੋਪੀਅਨ ਮੁਲਕ ਵੀ ਹੋਗੇ ਇਹਦੇ ਵਿੱਚ ਇਹ ਸਾਈਨ ਹੋਇਆ ਸੀਗਾ ਕਿ ਚਾਹੇ ਕਿਸੇ ਵੀ ਤਰੀਕੇ ਨਾਲ ਕੋਈ ਬੰਦਾ ਇਹਨਾਂ ਮੁਲਕਾਂ ਦੇ ਵਿੱਚ ਪਹੁੰਚਦਾ ਚਾਹੇ ਉਹ ਲੈਂਡ ਏਰੀਆ ਹੋਵੇ ਚਾਹੇ ਵਾਟਰ ਵੇਜ਼ ਹੋਵੇ ਪਰ ਜਿਹੜੇ ਮੁਲਕ ਵਿੱਚ ਸਭ ਤੋਂ ਪਹਿਲਾਂ ਪਹੁੰਚਿਆ ਹੋਊਗਾ ਉਸੇ ਮੁਲਕ ਦੇ ਵਿੱਚ ਹੀ ਉਹ ਅਸਾਇਲਮ ਲਗਾ ਸਕਦਾ ਆਈਦਰ ਉਹ ਟੂਰਿਸਟ ਵੀਜ਼ੇ ਤੇ ਆਇਆ ਹੋਵੇ ਚਾਹੇ ਸਟੂਡੈਂਟ ਵੀਜ਼ੇ ਤੇ ਆਇਆ ਹੋਵੇ ਚਾਹੇ ਕਿਸੇ ਤਰੀਕੇ ਨਾਲ ਛੁਪਛਿਪਾ ਕੇ ਬਿਨਾ ਕਿਸੇ ਵੀਜ਼ੇ ਤੋਂ ਉੱਥੇ ਪਹੁੰਚਿਆ ਹੋਵੇ ਉਹ ਜਿਹੜਾ ਅਸਾਇਲਮ ਲਾ ਸਕਦਾ ਹੈ ਸਾਇਲਮ ਲਾਉਣ ਦਾ ਉਹਦੇ ਕੋਲੇ ਹੱਕ ਹੈ ਉਸੇ ਦੇਸ਼ ਦੇ ਵਿੱਚ ਹੈ ਜਿੱਦੇ ਵਿੱਚ ਸਭ ਤੋਂ ਪਹਿਲਾਂ ਉਹਨੇ ਪੈਰ ਆ ਕੇ ਧਰਿਆ ਸੋ ਇਹ ਪੈਕਟ ਜ਼ਰੂਰ ਹੈਗਾ ਇਹਦੇ ਅਗੇ ਲੂਪ ਹੋਲਸ ਕਿਵੇਂ ਕੰਮ ਕਰਦੀਆਂ ਕਿਵੇਂ ਨਹੀਂ ਕਰਦੀਆਂ ਇਹ ਵੱਡਾ ਸਵਾਲ ਆ ਆਪਾਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕੀਤੀ ਹੈ ਕਿ ਇਹ ਜਿਹੜੇ ਲੋਕ ਕੈਨੇਡਾ ਤੋਂ ਜੰਪ ਮਾਰਨ ਵਾਲੇ ਯੂ ਐਸ ਏ ਦੇ ਵਿੱਚ ਹੈ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਨੈਸ਼ਨਲ ਹੈਗੇ ਆ ਜੀ ਬਹੁਤ ਵੱਡੇ ਗਰੁੱਪ ਨੇ ਜਿਹੜੇ ਇੰਡੀਆ ਤੋਂ ਪਹੁੰਚੇ ਹੋਏ ਨੇ ਟੂਰਿਸਟ ਵੀਜ਼ਾ ਦੇ ਉੱਤੇ ਜਾਂ ਵੱਖ-ਵੱਖ ਵੀਜ਼ਾਸ ਦੇ ਜ਼ਰੀਏ ਉਹ ਬਰਾਦ ਸਭ ਯੂ ਐਸ ਨੂੰ ਜਾ ਰਹੇ ਹੈ ਇੱਕ ਚੀਜ਼ ਨੇ ਬਹੁਤ ਜ਼ਿਆਦਾ ਧਿਆਨ ਖਿੱਚਿਆ इवन ਯੂ ਐਸ ਦੀਆਂ ਏਜੰਸੀਜ਼ ਦਾ ਵੀ ਉਹ ਕਹਿੰਦੇ ਕਿ ਟਿਕਟੌਕ ਵੀਡੀਓਜ਼ ਕੋ ਜੋ ਵਾਇਰਲ ਹੋ ਰਹੀਆਂ ਹਨ ਖਾਸ ਤੌਰ ਤੇ অন্ਟਾਰੀਓ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੀਦੇ ਵਿੱਚ ਕੀ ਹੁੰਦਾ ਕਿ ਇੰਡੀਅਨ ਮਾਈਗ੍ਰੈਂਟ ਕੈਨੇਡਾ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਖੜੇ ਹੁੰਦੇ ਆ ਇਹਨਾਂ ਦੇ ਮੂੰਹਾਂ ਦੇ ਉੱਤੇ ਛੋਟੇ-ਛੋਟੇ ਕਰਕੇ ਯੂਐਸ 플ੈਗ ਦੇ ਇਮੋਜੀ ਲਾਏ ਹੁੰਦੇ ਆ ਨਾਲ ਲਿਖਿਆ ਹੁੰਦਾ ਕੈਪਸ਼ਨ ਦੇ ਵਿੱਚ 100% ਸੇਫ ਰੂਟ ਤੁਹਾਨੂੰ ਟੈਕਸੀ ਦੇ ਰਾਹੀਂ ਨਿਊਯਾਰਕ ਛੱਡ ਕੇ ਆਵਾਂਗੇ ਉਹ ਕਹਿੰਦੇ ਕਿ ਸਭ ਤੋਂ ਵੱਧ ਬ੍ਰੈਮਟਨ ਤੇ ਟ੍ਰਾਂਟੋ ਦੇ ਏਰੀਆ ਦੇ ਵਿੱਚੋਂ ਇਹ ਸਾਊਥ ਏਸ਼ੀਆਈ ਏਸ਼ੀਅਨ ਪੋਪੂਲੇਸ਼ਨ ਆ ਜਿਹੜੀ ਉਹਨੂੰ ਨਿਊਯਾਰਕ ਤੱਕ ਟੈਕਸੀ ਦੇ ਰਾਹੀਂ ਛੱਡਿਆ ਜਾਂਦਾ ਜੀ ਜੀ ਬ੍ਰਾਡਸਟ ਵੇਖੋ ਜੀ ਟੈਕਸੀਆਂ ਰਾਹੀਂ ਛੱਡਿਆ ਜਾਂਦਾ ਕਈਆਂ ਦੇ ਤਾਂ ਮੈਂ ਇੰਸਟਾਗ੍ਰਾਮ ਤੇ ਵੀ ਦੇਖਿਆ ਆ ਆਹ ਦੇਖੋ ਜੀ ਅਸੀਂ ਇੱਥੋਂ ਤੱਕ ਛੱਡ ਦਿੰਨੇ ਆ ਐਵੇਂ ਗੱਲਬਾਤ ਹੋ ਜਾਂਦੀ ਹੈ ਪੈਸੇ ਲਜਾਣ ਵਾਲੇ ਲੈ ਜਾਂਦੇ ਤੇ ਬਾਅਦ ਵਿੱਚ ਪੁੱਤਨਾ ਤੇ ਫਿਰ ਅਗਲੇ ਨੂੰ ਪੈਂਦਾ ਪਰ ਇਹ ਵੀ ਗੱਲ ਸਹੀ ਓ ਕੰਦੇ ਅਸੀਂ ਉੱਥੇ ਭੁੱਖੇ ਮਰਨ ਨਾਲੋਂ ਚੰਗਾ ਕਿ ਇੱਥੇ ਆ ਜਾਈਏ ਬਿਲਕੁਲ ਬਰ ਸ ਪਰ ਕਿਤੇ ਨਾ ਕਿਤੇ ਜਿਸ ਦੇਸ਼ ਦੇ ਵਿੱਚ ਪਹੁੰਚਿਆ ਜਾ ਰਿਹਾ ਉਸ ਦੇਸ਼ ਦਾ ਉਹ ਦੇਸ਼ ਦਾ ਸੀ ਦਾ ਸਖਤ ਨੋਟਿਸ ਲੈ ਰਿਆ ਨਾ ਹੁਣ ਇਹ ਜੀ ਗੱਲਬਾਤ ਡੋਨਲਡ ਟਰੰਪ ਹੋਰੀ ਕਹਿ ਰਿਹਾ ਮਤਲਬ ਇਹਦੇ ਲਈ ਵੀ ਪਲਾਨ ਇਹਨਾਂ ਦੇ ਕੋਲੇ ਤਿਆਰ ਹੋਣਗੇ ਇਹੀ ਕਰਨਾ ਕਿ ਉਹਨਾਂ ਨੇ ਹੁਣ ਇਸ ਬਾਰਡਰ ਨੂੰ ਵੀ ਇੱਕ ਪ੍ਰੋਬਲਮ ਦੱਸਿਆ ਸੋ ਐਕਸਟਰਾ ਮੀਜਰਸ ਆ ਜਿਹੜੇ ਵੈਸੇ ਵੀ ਪਤਾ ਕਿ ਉਹ 4 ਜਨਵਰੀ 2025 ਤੋਂ ਅਪਲਾਈ ਕੀਤੇ ਜਾ ਰਹੇ ਆ ਪਰ ਜਦੋਂ ਡੋਨਲਡ ਟਰੰਪ ਹੁਰੀ ਕੁਰਸੀ ਸੰਭਾਲਣਗੇ ਉਸ ਤੋਂ ਬਾਅਦ ਕਾਫੀ ਇਹਦੇ ਵਿੱਚ ਵੀ ਵੱਡੀਆਂ ਚੇਂਜਸ ਦੇਖਣ ਨੂੰ ਮਿਲਣਗੀਆਂ ਕਿਉਂਕਿ ਇਹ ਜਿਹੜੀ ਇਕਤਾ ਹੁੰਦੀ ਹੈ ਕੰਮ ਚੋਰੀ ਛਿਪੇ ਕਰਨਾ ਅੱਜ ਕੱਲ ਤਾਂ ਪਬਲਿਕਲੀ ਹੋਣ ਲੱਗ ਪਿਆ ਟਿਕਟੌਕ ਜਦੋਂ ਪੈਂਦੇ ਆ ਉਹਦੇ ਤੇ ਕੋਈ ਇਹ ਲਿਮਟ ਤਾਂ ਹੈ ਨਹੀਂ ਕਿ ਸਿਰਫ ਇਮੀਗ੍ਰੇਸ਼ਨਸ ਦੇ ਅਕਾਊਂਟਸ ਤੱਕ ਹੀ ਜਾਣਾ ਉਹ ਤਾਂ ਹਰ ਇੱਕ ਬੰਦੇ ਕੋਲੇ ਪਹੁੰਚਦੇ ਆ ਸਿਮਿਲਰਲੀ ਇੰਸਟਾਗ੍ਰam ਵੀ ਹਰ ਇੱਕ ਬੰਦੇ ਤੱਕ ਪਹੁੰਚ ਰਿਹਾ ਸੋ ਇਹ ਸਸਤੇ ਦੇ ਚੱਕਰ ਚ ਜਾਂ ਜਿਹੜਾ ਕੰਮ ਚੋਰੀ ਛਿਪੇ ਹੋਣਾ ਚਾਹੀਦਾ ਸੀਗਾ ਸਸhtੀਆਂ ਐਡ ਏ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਦਾ ਕੰਮ ਜਿਹੜਾ ਉਹ ਪਬਲਿਕਲੀ ਪਹੁੰਚ ਗਿਆ ਤੇ ਇਹ ਐਕਸਪੋਜ਼ ਹੋ ਰਿਹਾ ਜੀ